ਇਟਸ ਯੂਅਰ ਬੋਲੀ ਹੋਲੀ ਬਾਬਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇ ਜੀ ਬੋਲੀ ਹੋਲੀ ਬਾਬਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ। ਦੋਸਤੋ, ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦੀ ਮੌਤ ਦੇ ਮਾਮਲੇ 'ਚ ਇੱਕ ਨਵਾਂ ਮੋੜ ਆ ਗਿਆ, ਕਿਉਂਕਿ ਦੁਬਈ ਸਰਕਾਰ ਨੇ ਦੱਸਿਆ ਕਿ ਇਸ ਭਾਰਤੀ ਅਦਾਕਾਰਾ ਦੀ ਮੌਤ ਹੋਟਲ ਦੇ ਕਮਰੇ ਦੇ ਬਾਥਰੂਮ ਵਿੱਚ ਪਏ ਨਹਾਉਣ ਵਾਲੇ ਟੱਬ ਵਿੱਚ ਬੇਹੋਸ਼ ਹੋ ਕੇ ਡਿੱਗਣ ਤੋਂ ਬਾਅਦ ਡੁੱਬਣ ਕਾਰਨ ਹੋਈ ਆ। ਪਰ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸ਼੍ਰੀਦੇਵੀ ਦੀ ਮੌਤ ਹਾਰਟ ਅਟੈਕ ਆਉਣ ਕਾਰਨ ਹੋਈ ਆ, ਪਰ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਇਹ ਬਿਲਕੁਲ ਕਲੀਅਰ ਹੋ ਗਿਆ ਕਿ ਸ਼੍ਰੀਦੇਵੀ ਦੀ ਮੌਤ ਬਾਥਰੂਮ ਵਿੱਚ ਪਏ ਬਾਥ ਟੱਬ ਵਿੱਚ ਡੁੱਬਣ ਕਾਰਨ ਹੋਈ ਆ ਤੇ ਉਹ ਉਸ ਸਮੇਂ ਨਸ਼ੇ ਵਿੱਚ ਸੀ। ਪੋਸਟਮਾਰਟਮ ਰਿਪੋਰਟ ਵਿੱਚ ਇਹ ਵੀ ਖੁਲਾਸਾ ਕੀਤਾ ਗਿਆ। ਸੋ ਇਹ ਬਹੁਤ ਹੀ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆ ਰਹੇ ਆ, ਕਿਉਂਕਿ ਪਹਿਲਾਂ ਨਿਊਜ਼ ਵਿੱਚ ਤੇ ਰਿਸ਼ਤੇਦਾਰਾਂ ਵੱਲੋਂ ਇਹੀ ਕਿਹਾ ਜਾ ਰਿਹਾ ਸੀ ਕਿ ਸ਼੍ਰੀਦੇਵੀ ਦੀ ਮੌਤ ਹਾਰਟ ਅਟੈਕ ਆਉਣ ਕਾਰਨ ਹੋਈ ਆ। ਪਰ ਤੁਸੀਂ ਦੇਖ ਸਕਦੇ ਹੋ ਕਿ ਪੋਸਟਮਾਰਟਮ ਰਿਪੋਰਟ ਜੋ ਦੁਬਈ ਸਰਕਾਰ ਨੇ ਸਾਰੇ ਲੋਕਾਂ ਨਾਲ ਸਾਂਝੀ ਕੀਤੀ ਹੈ, ਜੋ ਪੇਸ਼ ਕੀਤੀ ਹੈ, ਉਸ ਵਿੱਚ ਸਾਫ਼ ਸਾਫ਼ ਲਿਖਿਆ ਗਿਆ ਕਿ ਸ਼੍ਰੀਦੇਵੀ ਦੀ ਮੌਤ ਬਾਥ ਟੱਬ ਵਿੱਚ ਡੁੱਬਣ ਕਾਰਨ ਹੋਈ ਆ ਤੇ ਉਸ ਸਮੇਂ ਉਹ ਬੇਹੋਸ਼ੀ ਦੀ ਹਾਲਤ ਵਿੱਚ ਸੀ। ਤੇ ਉਸ ਵਿੱਚ ਇਹ ਵੀ ਖੁਲਾਸਾ ਕੀਤਾ ਗਿਆ ਕਿ ਸ਼੍ਰੀਦੇਵੀ ਦਾ ਉਸ ਸਮੇਂ ਨਸ਼ਾ ਕੀਤਾ ਹੋਇਆ ਸੀ। ਸੋ ਇਸ ਰਿਪੋਰਟ ਆਉਣ ਤੋਂ ਬਾਅਦ ਬਹੁਤ ਸਾਰੇ ਸਵਾਲ ਪੈਦਾ ਹੋ ਰਹੇ ਆ, ਬਹੁਤ ਸਾਰੀਆਂ ਕਨਫਿਊਜ਼ਨਸ ਹੋ ਰਹੀਆਂ ਕਿ ਇਹ ਕੀ ਕਾਰਨ ਹੋ ਸਕਦਾ, ਕਿਸ ਤਰ੍ਹਾਂ ਸ਼੍ਰੀਦੇਵੀ ਉਸ ਬਾਥ ਟੱਬ ਵਿੱਚ ਡਿੱਗੀ, ਕੀ ਕਾਰਨ ਰਹੇ, ਕਿਵੇਂ ਮੌਤ ਹੋਈ। ਸੋ ਇਹ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਬਹੁਤ ਸਾਰੇ ਸਵਾਲ ਪੈਦਾ ਹੋ ਗਏ ਆ, ਜਿਨ੍ਹਾਂ ਦਾ ਅਜੇ ਤੱਕ ਕਿਸੇ ਕੋਲੇ ਵੀ ਕੋਈ ਕਲੀਅਰ ਜਵਾਬ ਨਹੀਂ। ਸੋ ਇਸ ਤੇ ਦੁਬਈ ਸਰਕਾਰ ਵੀ ਇਨਵੈਸਟੀਗੇਸ਼ਨ ਕਰ ਰਹੀ ਆ ਤੇ ਹੁਣ ਮਾਮਲਾ ਦੁਬਈ ਸਰਕਾਰ ਦੇ ਵਕੀਲ ਹਵਾਲੇ ਆ। ਸੋ ਦੋਸਤੋ, ਇਹ ਵੇਖਣ ਵਾਲਾ ਹੋਊਗਾ ਕਿ ਮੌਤ ਦਾ ਅਸਲ ਕਾਰਨ ਨਿਕਲ ਕੇ ਕੀ ਆਉਂਦਾ, ਕਿਉਂਕਿ ਲਗਾਤਾਰ ਸਟੇਟਮੈਂਟਸ ਚੇਂਜ ਹੋ ਰਹੀਆਂ, ਕਿਉਂਕਿ ਪਹਿਲਾਂ ਕਹਿ ਰਹੇ ਸੀ ਕਿ ਹਾਰਟ ਅਟੈਕ ਆਉਣ ਕਾਰਨ ਮੌਤ ਹੋਈ ਆ ਤੇ ਹੁਣ ਕਿਹਾ ਜਾ ਰਿਹਾ ਕਿ ਸ਼੍ਰੀਦੇਵੀ ਦੀ ਮੌਤ ਨਹਾਉਣ ਵਾਲੇ ਬਾਥ ਟੱਬ ਵਿੱਚ ਬੇਹੋਸ਼ ਹੋ ਕੇ ਡਿੱਗਣ ਕਾਰਨ ਤੇ ਡੁੱਬਣ ਕਾਰਨ ਹੋਈ ਆ। ਸੋ ਇਹ ਵੇਖਣ ਵਾਲੀ ਗੱਲ ਹੋਊਗੀ ਕਿ ਅਸਲ ਕਾਰਨ ਸ਼੍ਰੀਦੇਵੀ ਦੀ ਮੌਤ ਦਾ ਕੀ ਸਾਹਮਣੇ ਆਇਆ, ਜਿਸ 'ਤੇ ਇਨਵੈਸਟੀਗੇਸ਼ਨ ਹੋ ਰਹੀ ਆ, ਤੇ ਉਹਨਾਂ ਦੀ ਜਿਹੜੀ ਮ੍ਰਿਤਕ ਦੇਹ ਆ ਉਹ ਵੀ ਲਿਆਉਣ ਵਿੱਚ ਦੇਰੀ ਹੋ ਰਹੀ ਆ। ਤੇ ਅੱਜ ਉਮੀਦ ਜਤਾਈ ਜਾ ਰਹੀ ਆ ਕਿ ਅੱਜ ਉਹਨਾਂ ਦੀ ਮੁੰਬਈ ਵਿੱਚ ਮ੍ਰਿਤਕ ਦੇਹ ਪਹੁੰਚ ਸਕਦੀ ਆ। ਸੋ ਸਾਨੂੰ ਉਮੀਦ ਆ ਕਿ ਉਹਨਾਂ ਦੀ ਮ੍ਰਿਤਕ ਦੇਹ ਜਲਦੀ ਹੀ ਮੁੰਬਈ ਵਿੱਚ ਪਹੁੰਚੂਗੀ। ਤੇ ਦੋਸਤੋ, ਇਸ ਵੀਡੀਓ ਵਿੱਚ ਇੰਨਾ ਹੀ। ਜੋ ਵੀ ਮੌਤ ਦਾ ਕਾਰਨ ਰਿਹਾ ਹੋਵੇ, ਪਰ ਉਹਨਾਂ ਦੀ ਮੌਤ ਦੇ ਨਾਲ ਪੂਰੇ ਪਰਿਵਾਰ ਨੂੰ ਤੇ ਉਹਨਾਂ ਦੇ ਫੈਨਸ ਨੂੰ ਬਹੁਤ ਵੱਡਾ ਝਟਕਾ ਲੱਗਿਆ। ਬਾਕੀ ਬਾਲੀਵੁੱਡ ਇੰਡਸਟਰੀ ਲਈ ਵੀ ਉਹਨਾਂ ਦਾ ਇਸ ਸੰਸਾਰ ਤੋਂ ਚਲੇ ਜਾਣ ਕਾਰਨ ਬਹੁਤ ਵੱਡਾ ਨੁਕਸਾਨ ਹੋਇਆ, ਕਿਉਂਕਿ ਸ਼੍ਰੀਦੇਵੀ ਜੀ ਪਹਿਲੀ ਮਹਿਲਾ ਸੁਪਰਸਟਾਰ ਸੀ ਬਾਲੀਵੁੱਡ ਵਿੱਚ, ਜਿਨ੍ਹਾਂ ਦੀਆਂ ਫਿਲਮਾਂ ਬਹੁਤ ਜ਼ਿਆਦਾ ਹਿੱਟ ਰਹੀਆਂ। ਉਹਨਾਂ ਨੇ ਲਗਭਗ 300 ਤੋਂ ਵੀ ਜ਼ਿਆਦਾ ਫਿਲਮਾਂ ਕੀਤੀਆਂ ਤੇ ਉਹਨਾਂ ਦੀ ਉਮਰ ਸਿਰਫ ਅੱਜ ਤੱਕ 54 ਸਾਲ ਦੀ ਸੀ। ਸੋ ਇਸ ਨਾਲ ਬਹੁਤ ਵੱਡਾ ਘਾਟਾ ਪਿਆ ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ। ਬਾਕੀ ਜੋ ਵੀ ਸਾਨੂੰ ਇਸ ਕੇਸ ਨਾਲ ਰਿਲੇਟਡ ਨਵੀਂ ਇਨਫੋਰਮੇਸ਼ਨ ਮਿਲੂਗੀ, ਅਪਡੇਟਸ ਮਿਲੂਗੀ, ਅਸੀਂ ਤੁਹਾਡੇ ਨਾਲ ਉਹ ਜ਼ਰੂਰ ਸ਼ੇਅਰ ਕਰਾਂਗੇ। ਤੇ ਤੁਸੀਂ ਹੋਰ ਅਪਡੇਟਸ ਲਈ, ਹੋਰ ਨਿਊਜ਼ ਲਈ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ। ਚੈਨਲ ਸਬਸਕ੍ਰਾਈਬ ਕਰਨ ਲਈ ਇਸ ਵੀਡੀਓ ਦੇ ਨੀਚੇ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ, ਉਸ 'ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਇਸ ਦੇ ਨਾਲ ਜੋ ਬੈੱਲ ਦਾ ਆਈਕਨ ਆ ਰਿਹਾ ਉਸ 'ਤੇ ਵੀ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਜੀ, ਇੰਨੇ ਸ਼ਬਦਾਂ ਨਾਲ ਲੈਂਦੇ ਹਾਂ ਇਜਾਜ਼ਤ। ਤੁਸੀਂ ਖੁਸ਼ ਰਹੋ, ਤੰਦਰੁਸਤ ਰਹੋ। ਸਤਿ ਸ਼੍ਰੀ ਅਕਾਲ ਜੀ।